ਮੁਲਤਾਨ ਦੇ ਅੰਦਰ حکومਤੀ انتقامی ਕਾਰਵਾਈਆਂ ਆਪਣੇ ਰੂਝਤੇ ਨੇ ਔਰ ਅੱਜ ਸਵੇਰ ਪਰਚੇ ਦਰਜ ਕੀਤੇ ਗਏ ਚੋਰੀ ਦੇ ਔਰ ਧਮਕੀਆਂ ਦੇ ਅੱਜ ਸ਼ਾਮ ਦੇ ਵਿੱਚ ਜਦੋਂ موسی ਗਿਲਾਨੀ ਸਾਹਿਬ ਆਪਣੇ ਕਾਰਕੁਨਾਂ ਦੀ ਪਤਾ ਲਾਣ ਲਈ ਥਾਣੇ ਜਾ ਰਹੇ ਸਨ ਤੇ ਉਹਨਾਂ ਨੂੰ ਰਸਤੇ 'ਚ ਗ੍ਰਿਫਤਾਰ ਕਰ ਲਿਆ ਗਿਆ ਇੱਕ ਨਵਾਂ ਮੁਕੱਦਮਾ ਦਰਜ ਕਰਕੇ ਮੈਂ ਸਮਝਦਾ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਇਸ ਕਿਸਮ ਦੀ ਬਦਤਰin ਜਿਹੜੀ ਜਮਹੂਰੀਅਤ ਹੈ ਉਹ ਵੇਖਣੇ ਚ ਨਹੀਂ ਆਈ ਔਰ Imran Khan ਦੇ ਜਾਨ ਦਾ ਵਕਤ ਚੋਕੇ ਤੈ ਹੋ ਚੁਕੇ ਹੈ ਔਰ ਉਹ ਜਨਵਰੀ ਦੇ ਵਿੱਚ ਇਨਸ਼ਾ ਅੱਲਾਹ ਤਾਲਾ ਫਾਰਗ ਹੋ ਰਿਹਾ ਤੇ ਇਹ ਸਾਡੇ ਪੰਜਾਬੀ ਦੇ ਵਿੱਚ ਇੱਕ ਜ਼ਰਬੁਲ ਮਿਸਲ ਹੈ ਕਿ 부ਝਦੇ ਦੀਵੇ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਨੇ ਔਰ ਇਹ ਆਪਣੇ ਆਖਰੀ ਜਿਹੜੇ ایਾਮ ਨੇ ਪਾਕਿਸਤਾਨ ਪੀਪਲਸ ਪਾਰਟੀ ਲਈ ਜੇਲ੍ਹਾਂ ਔਰ ਥਾਣੇ ਔਰ ਇਹ ਪਰਚੇ ਕੋਈ ਨਵੀਂ ਚੀਜ਼ ਨਹੀਂ ਹੈ ਅਸੀਂ ਇਹ ਭੁਗਤ ਵੀ ਲਾਂਗੇ ਔਰ ਅੱਗੇ ਬੁਗਦੇ ਵੀ ਰਹਿਨੇ ਆ ਲੇਕਿਨ ਇਮਰਾਨ ਖਾਨ ਸਾਹਿਬ ਨੂੰ ਆਪਣੇ ਇੰਜਾਮ ਦਾ ਨਹੀਂ ਪਤਾ ਜਦੋਂ ਉਹਨਾਂ ਦੇ ਹਵਾਰੀ ਨਸ ਜਾਣਗੇ ਔਰ ਜਾਸਤੇ ਚੜ ਜਾਣਗੇ ਤੇ ਇਮਰਾਨ ਖਾਨ ਸਾਹਿਬ ਦੀ ਕੋ ਮੁਲਾਕਾਤ ਕਰਨ ਵਾਲਾ ਵੀ ਨਹੀਂ ਹੋਏਗਾ ਇਹਨਾਂ ਨੂੰ ਇਸੇ ਬਦਤਰੀਨ ਇਨਤਕਾਮੀ ਕਾਰਵਾਈਆਂ ਦਾ ਸਾਹਮਣਾ ਵੀ ਕਰਨਾ ਪਏਗਾ ਔਰ ਉਸ ਟਾਈਮ ਇਹਨਾਂ ਦੀਆਂ ਜਿਹੜੀਆਂ ਚੀਕਾਂ ਨੇ ਅੱਜ ਜਿਹੜਾ ਸਾਰੀ ਕੌਮ ਨੂੰ ਕਹਿੰਦੇ ਨੇ ਕਿ ਮੈਂ ਚੀਕਾਂ ਕਢਾ ਦੇਵਾਂਗਾ ਇਹਨਾਂ ਦੀਆਂ ਚੀਕਾਂ ਜਿਹੜੀਆਂ ਨੇ ਉਹਨਾਂ ਨੂੰ ਸੁਣਨ ਵਾਲਾ ਵੀ ਇੱਥੇ ਕੋਈ ਨਹੀਂ ਹੋਏਗਾ ਮੈਂ ਪਾਕਿਸਤਾਨ ਪੀਪਲਸ ਪਾਰਟੀ ਦੇ ਕਾਰਕੁਨਾਂ ਨੂੰ ਕਹਿਣਾ ਕਿ ਉਹ ਆਪਣੇ ਹੌਸਲੇ ਬੁਲੰਦ ਰੱਖਣ ਔਰ ਆਪਣੀ ਜਦੋਜਹਿਦ ਨੂੰ ਮਜ਼ੀਦ ਤੇਜ਼ ਕਰਨ ਔਰ 30 ਨਵੰਬਰ ਦਾ ਜਲਸਾ ਜਿਹੜਾ ਹੈ ਇਹ ਇਮਰਾਨੀਅਤ ਦੇ ਤਾਬੂਤ ਵਿੱਚ ਆਖਰੀ ਕਿਲ ਸਾਬਤ ਹੋਏਗਾ ਇਨਸ਼ਾਅੱਲਾ ਤਾਲਾ ਆਖਰੀ ਫਤਹਾ ਗਰੀਬ ਦੀ ਹੋਏਗੀ ਔਰ ਪਾਕਿਸਤਾਨ ਪੀਪਲਸ ਪਾਰਟੀ ਦੇ ਜਿਆਲਿਆਂ ਦੀ ਹੋਏਗੀ